ਮੈਨੂੰ ਨਹੀਂ ਸੀ ਪਤਾ ਕਿ ਕੱਪੀ ਪਧੌੜੇ ਦਾ ਵਧੀਆ ਗਾਉਂਦਾ ਵੀ ਹੈ ਇਹਨਾਂ ਦਾ 뮤직 ਸੁਣਨ ਦਾ ਮੌਕਾ ਤਾਂ ਕਈ ਵਾਰ ਮਿਲਿਆ ਲੇਕਿਨ ਅੱਜ ਇਹਨਾਂ ਦੀ ਆਵਾਜ਼ ਤੁਹਾਡੀਆਂ ਤਾੜੀਆਂ ਦੱਸਦੀਆਂ ਨੇ ਕਿ ਇਹਨਾਂ ਨੇ ਬਹੁਤ ਵਧੀਆ ਗਾਇਆ ਹੈ ਬਹੁਤ ਹੀ ਇੱਕ ਵਧੀਆ ਅੱਜ ਮੌਕਾ ਮਿਲਿਆ ਹੈ ਕਿਉਂਕਿ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ ਦੇ ਵੱਲੋਂ ਅੱਜ ਦਾ ਇਹ ਪੰਜਾਬੀ ਮੇਲਾ ਜਿਹੜਾ ਹੈ ਵਿਸਾਖੀ ਮੇਲਾ 2009 ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਹੀ ਮਦਰਸ ਡੇ ਹੈ ਜਸਵੰਤ ਸਿੰਘ ਸ਼ਾਹ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਔਰ ਇਸ ਆਰਗੇਨਾਈਜੇਸ਼ਨ ਦੇ ਵੱਲੋਂ ਸਾਰੀਆਂ ਦੁਨੀਆ ਦੇ ਮਾਵਾਂ ਨੂੰ ਔਰ ਇਸ ਸਾਲ ਦੇ ਵਿੱਚ ਮੌਜੂਦ ਮਾਵਾਂ ਨੂੰ ਮੁਬਾਰਕਬਾਦ ਦਿੱਤਾ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਮਾਵਾਂ ਦੇ ਨਾਲ ਦਿਓ ਮਾਂ ਜਿਹੜੀ ਹੈ ਉਹਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਔਰ ਜਿਹੜੀ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਔਰ ਦੁਨੀਆ ਦੇ ਵਿੱਚ ਇੱਕ ਵਿਲੱਖਣ ਕਿਸਮ ਦੀ ਮਾਂ ਹੈ ਇੱਕੋ ਇੱਕ ਮਾਂ ਮਾਤਾ ਗੁਜਰੀ ਜਿਹਨੇ ਚਾਰ ਪੋਤੇ ਵਾਰੇ ਆਪ ਵਾਰਿਆ ਆਪਣਾ ਪੁੱਤ ਦੁਨੀਆ ਦਾ ਇੱਕ ਮਹਾਨ ਮਹਾਨ ਗੁਰੂ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਵਾਰਿਆ ਉਸ ਮਾਤਾ ਨੂੰ ਚੇਤੇ ਕਰਦਿਆਂ ਅੱਜ ਮਦਰਸ ਡੇ ਦੇ ਉੱਤੇ ਮੈਂ ਛੋਟੀ ਜਿਹੀ ਸ਼ਰਧਾਂਜਲੀ ਭੇਟ ਕਰਨੀ ਚਾਹੁੰਦਾ ਹਾਂ ਉਸ ਮਾਤਾ ਨੂੰ ਜਦੋਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਪੋਤਿਆਂ ਨੂੰ ਜਦੋਂ ਜਲਾਬ ਨੀਹਾਂ ਦੇ ਚਨਾਉਣ ਦੇ ਲਈ ਲੈ ਗਿਆ ਤਾਂ ਆਖਦੇ ਨੇ ਕਿ ਜਲਾਬ ਉਹਨਾਂ ਤੇ ਤਰਸ ਖਾ ਕੇ ਉਹਨਾਂ ਮਾਸੂਮ ਬੱਚਿਆਂ ਤੇ ਤਰਸ ਖਾ ਕੇ ਜਦੋਂ ਮਾਤਾ ਜੀ ਦੇ ਕੋਲ ਕਿਸੇ ਪੱਜ ਆਇਆ ਤਾਂ ਮਾਤਾ ਜੀ ਨੂੰ ਆਖਦਾ ਹੈ ਮਾਤਾ ਜੀ ਨੂੰ ਦੱਸਦਾ ਹੈ ਕਿ ਜੇ ਮੈਂ ਅੰਮੀ ਜ਼ਰਾ ਝਿਜਕਿਆ ਤਾਂ ਮੈਨੂੰ ਮੇਰਿਆਂ ਮਾਲਕਾਂ ਝਿਜਕਣਾ ਹੈ ਇੱਟਾਂ ਭਾਰੀਆਂ ਨੇ ਜਿੰਦਾਂ ਹੌਲੀਆਂ ਨੇ ਲਾਲਾ ਕੰਬਣਾ ਡੋਲਣਾ ਥਿੜਕਣਾ ਹੈ ਪਾਣੀ ਕਿਹਾ ਮਸੂਮਾਂ ਨੇ ਸਹਿਮ ਕੇ ਤਾਂ ਤੇਰਾ ਫੇਰ ਚੁਕਾਲ ਜਾ ਥਿੜਕਣਾ ਹੈ ਜਾ ਕੇ ਕਾਲਜ ਦੇ ਨਾਲ ਵਾਲੇ ਬੱਚਿਆਂ ਨੂੰ ਤੇਰਾ ਫੇਰ ਚੁਕਾਲ ਕਰਨਾ ਤੇ ਮਾਤਾ ਗੁਜਰੀ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਮੇਰਾ ਨਾਂ ਗੁਜਰੀ ਮੇਰੀ ਅਨ ਗੁਜਰੀ ਮੇਰਾ ਨਾਂ ਗੁਜਰੀ ਮੇਰੀ ਅਨ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਆਹ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਂਹੀਓ ਆਖਦੇ ਨੇ ਜਿਹੜੀ ਆਈ ਮੇਰੇ ਉੱਤੇ ਉਹ ਮੈਂ ਚੱਲ ਗੁਜਰੀ ਜਿਹੜੀ ਆਈ ਮੇਰੇ ਉੱਤੇ ਉਹ ਮੈਂ ਚੱਲ ਗੁਜਰੀ ਬਹੁਤ ਮਿਹਰਬਾਨੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸੁਸਾਇਟੀ ਦਾ ਇਸ ਆਰਗੇਨਾਈਜੇਸ਼ਨ ਦਾ ਅੱਜ ਦੁਨੀਆ ਭਰ ਦੇ ਵਿੱਚ ਵਿਸਾਖੀ ਮੇਲੇ ਮਨਾਏ ਜਾ ਰਹੇ ਆ ਲੇਕਿਨ ਇੰਨੇ ਸ਼ਾਨਦਾਰ ਹਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੈਲੀਫੋਰਨੀਆ ਜਾਂ ਅਮਰੀਕਾ ਕੈਨੇਡਾ ਕਿਤੇ ਮੇਲਾ ਮਨਾਇਆ ਜਾਂਦਾ ਹੋਊਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਇਸ ਆਰਗੇਨਾਈਜੇਸ਼ਨ ਦੇ ਨਾਮ ਦੇ ਉੱਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਅੱਜ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਹੁਤ ਧਾਰਮਿਕ ਮੇਲੇ ਮਨਾਏ ਜਾ ਰਹੇ ਹਨ ਨਗਰ ਕੀਰਤਨ ਕੱਢੇ ਜਾ ਰਹੇ ਆ ਉੱਥੇ ਪੰਜਾਬੀ ਆਪਣੇ ਸੱਭਿਆਚਾਰਕ ਪੱਖ ਨੂੰ ਮੁੱਖ ਰੱਖਦੇ ਆ ਖੁੱਲ੍ਹੇ ਖਾੜੇ ਲਾ ਰਹੇ ਆ ਅੱਜ ਤਿੰਨ ਮੇਲੇ ਹੋ ਰਹੇ ਆ ਬਹੁਤ ਵੱਡੇ ਸੈਕਰਾਮੈਂਟੋ ਦੇ ਵਿੱਚ ਸੈਨੋਜ਼ ਦੇ ਵਿੱਚ ਔਰ ਇੱਧਰ ਇਸ ਇਲਾਕੇ ਦੇ ਵਿੱਚ ਫ੍ਰਿਜ਼ਨੋ ਤੋਂ ਲੈ ਕੇ ਐਲੇ ਤੱਕ ਬਹੁਤ ਵੱਡਾ ਮੇਲਾ ਜਿਹੜਾ ਇਹ ਆਰਗੇਨਾਈਜੇਸ਼ਨ ਕਰਵਾਉਂਦੀ ਹੈ ਇਹਨਾਂ ਦਾ ਪੰਜਵਾਂ ਮੇਲਾ ਅੱਜ ਇੱਥੇ ਕਰਵਾਇਆ ਜਾ ਰਿਹਾ ਸੋ ਸਾਡੇ ਇੱਥੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਇੰਡੀਆ ਤੋਂ ਬਹੁਤ ਨਾਮਵਰ ਕਲਾਕਾਰ ਸੱਦੇ ਹਨ ਉੱਥੇ ਇਸ ਆਰਗੇਨਾਈਜੇਸ਼ਨ ਦਾ ਜਿਹੜਾ ਤਹੀਆ ਹੈ ਕਿ ਲੋਕਲ ਟੈਲੈਂਟ ਨੂੰ ਪ੍ਰਫੁੱਲਿਤ ਕਰਨਾ ਉਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਨਾ ਸਾਡੇ ਕੋਲ ਲੋਕਲ ਕਿਤੇ ਦੀ ਆਪਾਂ ਗਰੇਰੀਆਂ ਬੱਚਿਆਂ ਦੀਆਂ ਟੀਮਾਂ ਪਹੁੰਚੀਆਂ ਹਨ ਜਿਹੜੀ ਸਾਡੀ ਆਪਣੀ ਇਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈ ਉਹਨਾਂ ਦੇ ਬੱਚਿਆਂ ਦੀਆਂ ਤੁਸੀਂ ਉਹਨਾਂ ਨੂੰ ਵੀ ਭਰਪੂਰ ਸਹਿਯੋਗ ਦੇਣਾ ਐਪਰੀਸ਼ੀਏਟ ਕਰਨਾ ਲਓ ਅੱਜ ਦੇ ਇਸ ਪ੍ਰੋਗਰਾਮ ਦੇ ਸਭ ਤੋਂ ਪਹਿਲੇ